ਸਬਸਕ੍ਰਾਈਬ ਕਰੋ ਲਿਵਿੰਗ ਪੰਜਾਬ ਨਿਊਜ਼ ਚੈਨਲ ਨੂੰ ਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰੋ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਲਈ। ਰਾਜਪੂਤ ਏਕਤਾ ਤੇ ਰਾਜਪੂਤ ਚੇਤਨਾ ਮੰਚ ਵੱਲੋਂ ਅਖਿਲ ਭਾਰਤੀ ਰਾਜਪੂਤ ਸ਼ਕਤੀ ਸੈਨਾ ਵੱਲੋਂ ਦੀਨਾਨਗਰ ਦੇ ਪੈਂਦੇ ਪਿੰਡ ਮੀਰਪੁਰ ਦੇ ਇੱਕ ਪਰਿਵਾਰ ਨੂੰ ਗੋਦ ਲਿਆ ਗਿਆ ਹੈ। ਤੁਹਾਨੂੰ ਦੱਸੀਏ ਕਿ ਇਹਨਾਂ ਬੱਚਿਆਂ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਇਹਨਾਂ ਕੋਲ ਕੋਈ ਵੀ ਰੋਟੀ ਦਾ ਸਾਧਨ ਨਹੀਂ ਹੈ ਅਤੇ ਇਹ ਬੱਚੇ ਮਾਪਿਆਂ ਦੀ ਮੌਤ ਤੋਂ ਬਾਅਦ ਆਪਣੀ ਬਜ਼ੁਰਗ ਦਾਦੀ ਕੋਲ ਰਹਿ ਰਹੇ ਹਨ। ਇਸ ਲੋੜਵੰਦ ਪਰਿਵਾਰ ਦੀ ਸਹਾਇਤਾ ਲਈ REIC ਦੇ ਪ੍ਰਧਾਨ ਵਿਜੇ ਰਾਣਾ, ਸ਼ਕਤੀ ਸੈਨਾ ਦੇ ਕਨਵੀਨਰ ਨਰੇਸ਼ ਠਾਕੁਰ, ਪ੍ਰਧਾਨ ਵਿਨੋਦ ਸਿੰਘ, ਸਕੱਤਰ ਰਣਧੀਰ ਸਿੰਘ ਅਤੇ ਐਡਵੋਕੇਟ ਵਿਵੇਕ ਠਾਕੁਰ ਪਿੰਡ ਮੀਰਪੁਰ ਵਿੱਚ ਪਹੁੰਚੇ ਅਤੇ ਇਸ ਲੋੜਵੰਦ ਪਰਿਵਾਰ ਨੂੰ ਰਾਸ਼ਨ ਭੇਟ ਕੀਤਾ। ਨਿਊਜ਼ ਡੈਸਕ ਤੋਂ ਡਾਕਟਰ ਰਮੇਸ਼ ਰੰਗਲ ਦੀ ਰਿਪੋਰਟ, ਲਿਵਿੰਗ ਪੰਜਾਬ ਨਿਊਜ਼, ਦੀਨਾਨਗਰ। ਅੱਜ ਹਮਾਰੇ ਬਲਾਕ ਮੇ ਮਾਨਨੀਯ ਵਿਜੇ ਰਾਣਾ ਜੀ ਕੇ ਸੰਗਠਨ ਆਰੀ ਸੰਘ ਕੇ ਜੋ ਇਹਨੇ ਨਈ ਯੋਜਨਾ ਲੀ ਹੈ ਸਾਥੀ ਹੱਥ ਬਟਾਣਾ ਉਸਕੇ ਸੰਯੋਜਨ ਮੇ ਯੇ ਇੱਕ ਪਰਿਵਾਰ ਕੀ ਮਦਦ ਕੇ ਲੀਏ ਹਮੇਸ਼ਾ ਆਤੇ ਹੈ, ਹਰ ਮਹੀਨਾ ਆਤੇ ਹੈ, ਜੋ ਇਸ ਪਰਿਵਾਰ ਕੀ ਮਦਦ ਕਰ ਰਹੇ ਹੈ ਔਰ ਜੋ ਇਹਨੇ ਬਹੁਤ ਹੀ ਬੜੀਆ ਇੱਕ ਕਦਮ ਉਠਾਇਆ ਉਸਮੇ ਹਮਾਰੀ ਰਾਸ਼ਟਰੀਯ ਰਾਜਪੂਤ ਸ਼ਕਤੀ ਸੈਨਾ ਉਹ ਵੀ ਇਨਕੇ ਸਾਥ ਹੈ ਔਰ ਹਰ ਤਰੀਕੇ ਸੇ ਹਮ ਇਨਕਾ ਜੈਸੇ ਵੀ ਹੋ ਸਕੇਗਾ ਜੋ ਇਨਕਾ ਬਹੁਤ ਬੜੀਆ ਪ੍ਰਯੋਜਨ ਹੈ ਉਨਮੇ ਇਨਕਾ ਸਾਥ ਦੇਂਗੇ, ਚਾਹੇ ਵੋ ਆਰਥਿਕ ਹੋ, ਤਨ ਮਨ ਧਨ ਸੇ, ਜੋ ਰਾਜਪੂਤ ਰਾਸ਼ਟਰੀਯ ਸ਼ਕਤੀ ਸੈਨਾ ਹੈ ਵੋ ਇਨਕੇ ਸਾਥ ਹੈ ਔਰ ਬਹੁਤ ਹੀ ਇਨਕਾ ਜੋ ਪ੍ਰਸ਼ੰਸਨੀਯ ਕਾਰਯ ਹੈ ਹਮ ਇਨਕੇ ਹਮੇਸ਼ਾ ਸਾਥ ਹੈ ਔਰ ਇਨਕਾ ਸਹਿਯੋਗ ਕਰਨੇ ਕਾ ਹਮ ਯਹਾਂ ਸੇ ਇਨਸੇ ਪ੍ਰੋਮਿਸ ਕਰਤੇ ਹੈ। ਥੈਂਕ ਯੂ ਵੈਰੀ ਮਚ।